ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸੈਲੀਬ੍ਰਿਟੀ ਬਹੁਤ ਦੇ ਵਿੱਚ ਤੁਹਾਡਾ ਹਾਰਦਿਕ ਅਭਿਨੰਦਨ ਕਰਦੇ ਹਾਂ। ਸੋ ਦੋਸਤੋ, ਅੱਜ ਗੱਲ ਕਰ ਰਹੇ ਹਾਂ ਮਿਸਟਰ ਐਂਡ ਮਿਸਿਸ ਡੇਜ਼ਲ 2018 ਦੀ। ਜੀ ਹਾਂ, ਦਿੱਲੀ ਦੇ ਵਿੱਚ ਮਿਸਟਰ ਐਂਡ ਮਿਸਿਸ ਜੀ। ਮੈਮ, ਅਗਰ ਗੱਲ ਕੀਤੀ ਜਾਵੇ ਤੁਹਾਡੇ ਸਫ਼ਰ ਦੀ ਤਾਂ ਇੱਥੇ ਤੱਕ ਦਾ ਸਫ਼ਰ ਕਿੱਦਾਂ ਦਾ ਸੀ? ਬਹੁਤ ਅੱਛਾ ਥਾ, ਬਹੁਤ ਇੰਟਰਸਟਿੰਗ ਥਾ, ਬਹੁਤ ਪਲੇਜ਼ੇਬਲ ਥਾ। ਨਾ ਜਿਤਨਾ ਕੁਛ ਵਿਨ ਕੀਆ, ਸਭ ਕੀ ਬੇਸਿਕ ਥੀ ਸਾਥ ਮੇਂ, ਔਰ ਡੈਫੀਨੇਟਲੀ 100% ਆਪਣਾ ਡਿਵੋਸ਼ਨ ਥਾ, ਹਾਰਡ ਵਰਕ ਥਾ, ਜਿਸਕੇ ਕਾਰਨ ਯਹਾਂ ਤੱਕ ਹਮ ਪਹੁੰਚੇ ਹੈ, ਔਰ ਦਿੱਲੀ ਤੱਕ ਜਾ ਕੇ ਹਮਨੇ ਵਿਨ ਕੀਆ ਹੈ, ਤੋ ਵੀ ਆਰ ਗਲੈਡ ਐਂਡ ਪ੍ਰਾਊਡ ਆਫ ਆਰਸੈਲਵਸ। ਹਮਾਰੇ ਸਾਥ ਸਾਥ ਹਮਾਰੀ ਫੈਮਿਲੀ, ਨੀਅਰ ਐਂਡ ਡੀਅਰ ਵਨ, ਸਭ ਪ੍ਰਾਊਡ ਫੀਲ ਕਰ ਰਹੇ ਹੈ ਦੈਟ ਵਾਟ ਯੂ ਹੈਵ ਡਨ, ਵੀ ਆਰ ਹੈਪੀ ਫੋਰ ਯੂ। ਪਲੱਸ ਇਤਨਾ ਸੇਫ ਫੀਲਡ ਆਪ ਲੈ ਕੇ ਚੱਲ ਰਹੇ ਹੈ ਕਿ ਵੀ ਆਰ ਗਲੈਡ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਦੀ ਰਹੀ ਜਰਨੀ ਹੈ? ਇਹ ਜਰਨੀ ਬਹੁਤ ਹੀ ਖੂਬਸੂਰਤ ਰਹੀ ਹੈ, ਔਰ ਮੁਝੇ ਇਸ ਚੀਜ਼ ਕੀ ਖੁਸ਼ੀ ਹੈ ਕਿ ਇਹ ਜੋ ਲੜਕੀਆਂ ਡੇਜ਼ਲ ਮੈਂ ਗਈ ਥੀ ਔਰ ਵੋ ਅਚੀਵ ਕਰਕੇ ਆਈ ਹੈ, ਦਿਸ ਇਜ਼ ਮਾਈ ਅਚੀਵਮੈਂਟ ਐਂਡ ਆਈ ਐਮ ਵੈਰੀ ਪ੍ਰਾਊਡ ਆਫ ਦੈਮ, ਔਰ ਫੀਲਿੰਗ ਸੋ ਹੈਪੀ, ਸੋ ਗਲੈਡ। ਜੀ ਹਾਂ, ਸਫ਼ਰ ਦੀ ਗੱਲ ਚੱਲ ਰਹੀ ਹੈ ਤੇ ਸਫ਼ਰ ਤਾਂ ਬਹੁਤ ਅੱਛਾ ਰਿਹਾ, ਫੈਮਿਲੀ ਨੇ ਫੁੱਲ ਸਪੋਰਟ ਕੀਤਾ, ਫਰੈਂਡਸ ਨੇ ਵੀ ਪੂਰਾ ਸਪੋਰਟ ਕੀਤਾ ਕਿ ਹਾਂ ਤੁਹਾਡੇ ਵਿੱਚ ਕੁਛ ਹੈ, ਤੁਸੀਂ ਸਾਬਿਤ ਕਰ ਸਕਦੇ ਹੋ, ਜਾਓ ਔਰ ਆਪਣੇ ਆਪ ਨੂੰ ਸਾਬਿਤ ਕਰੋ। ਅਸੀਂ ਦਿੱਲੀ ਗਏ, ਪੰਜਾਬ ਲੁਧਿਆਣਾ ਨੂੰ ਅਸੀਂ ਰੀਪ੍ਰਜੈਂਟ ਕੀਤਾ ਔਰ ਆਪਣੇ ਟਾਈਟਲ ਵਿਨ ਕਰਕੇ ਆਏ, ਅਸੀਂ ਬਹੁਤ ਖੁਸ਼ ਹਾਂ। ਅਗਰ ਜਰਨੀ ਦੀ ਗੱਲ ਚੱਲੀਏ ਤਾਂ ਕਿੰਨੀ ਯੂਨੀਕ ਸੀ ਇਹ ਜਰਨੀ ਜੀ? ਸਰ, ਇਹ ਜਰਨੀ ਬਹੁਤ ਯੂਨੀਕ ਸੀ, ਬਿਕੋਜ਼ ਪਹਿਲੇ ਅਸੀਂ ਲੁਧਿਆਣਾ ਤੱਕ ਹੀ ਲਿਮਿਟਿਡ ਸੀ, ਅਸੀਂ ਲੁਧਿਆਣਾ ਵਿੱਚ ਬਹੁਤ ਟਾਈਟਲਸ ਜਿੱਤੇ ਹਨ, ਬਟ ਜਦੋਂ ਸਾਨੂੰ ਦਿੱਲੀ ਜਾਣ ਦਾ ਮੌਕਾ ਮਿਲਿਆ, ਆਈ ਥਿੰਕ ਉਹ ਇੱਕ ਬਹੁਤ ਡਿਫਰੈਂਟ ਜਰਨੀ ਸੀ, ਬਿਕੋਜ਼ ਉੱਥੇ ਇੱਕ ਵੱਡਾ ਪਲੈਟਫਾਰਮ ਸੀ, ਜਿਸ ਕਰਕੇ ਸਾਨੂੰ 7 ਡੇਜ਼ ਸਾਨੂੰ ਗਰੂਮਿੰਗ ਵੀ ਮਿਲੀ ਹੈ ਐਂਡ ਇੱਕ ਅਸੀਂ ਨਈ ਨਈ ਚੀਜ਼ਾਂ ਸਿੱਖੀਆਂ, ਬਿਗ ਬਿਗ ਸੈਲੀਬ੍ਰਿਟੀਜ਼ ਆਏ ਸੀ। ਸੋ ਵਿਦ ਦ ਸਪੋਰਟ ਆਫ ਫੈਮਿਲੀ ਵੀ ਆਰ ਰੀਲੀ ਓਨਰਡ ਕਿ ਅੱਜ ਹਮ ਜੀਤ ਕੇ ਆਏ ਹੈ ਔਰ ਆਪਣੀ ਫੈਮਿਲੀ ਕੋ ਹਮਨੇ ਪ੍ਰਾਊਡ ਕਰਵਾਇਆ ਹੈ। ਅਗਰ ਸਫ਼ਰ ਦੀ ਗੱਲ ਕੀਤੀ ਜਾਵੇ ਤੇ ਸਫ਼ਰ ਦੀ ਸ਼ੁਰੂਆਤ ਕਿੱਥੋਂ ਹੋਈ? ਮੇਰੇ ਸਫ਼ਰ ਦੀ ਸ਼ੁਰੂਆਤ, ਮੈਂ ਜਦ ਅਨਮੈਰਿਡ ਸੀ ਟੂ ਤਾਂ ਮੈਂ ਬਹੁਤ ਜ਼ਿਆਦਾ ਵਰਕਆਊਟ ਕਰਦੀ ਸੀ, ਲਾਈਕ ਵਰਕ ਹਾਰਡ, ਸੋਰੀ, ਮੈਂ ਬਹੁਤ ਸਾਰੇ ਟਾਈਟਲ ਵਿਨ ਕੀਤੇ ਹਨ, ਜਿੱਦਾਂ ਡਾਂਸ ਵਿੱਚ ਮੈਂ ਕੋਰੀਓਗ੍ਰਾਫੀ ਵੀ ਕਰਵਾਉਂਦੀ ਸੀ, ਈਵਨ ਮੈਂ ਇੰਟਰ ਕਲੱਬ ਕੰਪੀਟੀਸ਼ਨ ਵਿੱਚ ਵੀ ਮੈਂ 2nd, 3rd ਰਨਰ ਅਪ ਰਹੀ ਹਾਂ। ਉਹਦੇ ਬਾਅਦ ਫਿਰ ਮੈਂ ਉਸ ਲਾਈਨ ਤੋਂ ਮੈਂ ਇੱਥੇ ਰੋਇਲ ਇਵੈਂਟ ਹੋਇਆ ਲਾਸਟ ਟਾਈਮ ਜਿੱਥੇ ਮੈਂ ਪਾਰਟੀਸਪੇਟ ਕੀਤਾ, ਅਤੇ ਮੈਨੂੰ ਇੱਕ ਨਵਾਂ ਪਲੈਟਫਾਰਮ ਮਿਲਿਆ, ਮੈਂ ਮੇਕਅਪ ਆਰਟਿਸਟ ਔਰ ਇੱਕ ਮੈਂ ਬਿਊਟੀਫੁਲ ਕੁਇਨ ਦਾ ਵਿਨ ਕੀਤਾ। ਉਹਦੇ ਥਰੂ ਮੈਨੂੰ ਇੱਕ ਪਲੈਟਫਾਰਮ ਮਿਲ ਗਿਆ ਕਿ ਕਿਉਂ ਨਾ ਇਸ ਦੇ ਥਰੂ ਅਸੀਂ ਆਪਣਾ ਜਿਹੜੇ ਅਸੀਂ ਫਰੀ ਹਾਂ ਆਪਣੇ ਫਰੀ ਟਾਈਮ ਨੂੰ ਕਿੱਦਾਂ ਸਪੈਂਡ ਕਰੀਏ, ਕਿਉਂ ਨਾ ਅਸੀਂ ਵਰਕਿੰਗ ਵੀ ਹੋ ਸਕਦੇ ਹਾਂ। ਇੱਕ ਹਸਬੈਂਡ, ਇੱਕ ਫੈਮਿਲੀ ਤੋਂ ਸਪੋਰਟ ਮੰਗੀ ਕਿ ਪਲੀਜ਼ ਸਾਨੂੰ ਇੱਕ ਸਪੋਰਟ ਕਰੋ ਕਿ ਅਸੀਂ ਅੱਗੇ ਵੱਧ ਸਕੀਏ ਔਰ ਆਪਣਾ ਕਿਸੇ ਨਾ ਕਿਸੇ ਪਲੈਟਫਾਰਮ 'ਤੇ ਪਹੁੰਚ ਸਕੀਏ, ਅਸੀਂ ਕਿਸੇ 'ਤੇ ਡਿਪੈਂਡ ਨਾ ਰਹੀਏ। ਜੀ ਹਾਂ, ਸਵਾਲ ਇਹ ਕਿ ਕਿੰਨਾ ਕੁ ਔਖਾ ਹੁੰਦਾ ਹੈ ਔਰਤਾਂ ਦੇ ਵਾਸਤੇ ਇਸ ਮੁਕਾਮ ਤੱਕ ਪਹੁੰਚਣ? ਡੈਫੀਨੇਟਲੀ ਮਿਹਨਤ ਕਰਨੀ ਪੜਤੀ ਹੈ, ਰੀਜ਼ਨ ਵੀ ਹੈਵ ਕਿਡਸ, ਹਸਬੈਂਡ ਇਜ਼ ਆਲਵੇਜ਼ ਦੇਅਰ, ਬਟ ਠੀਕ ਹੈ, ਆਪਕੋ ਮੈਨੇਜ ਕਰਨਾ ਆ ਗਿਆ ਤੋ ਯੂ ਆਰ ਦਾ ਬੈਸਟ ਐਂਡ ਯੂ ਕੈਨ ਸਕਸੈਸ, ਯੂ ਕੈਨ ਗੈਟ ਆਲ ਦਾ ਸਕਸੈਸ ਇਨ ਯੋਰ ਲਾਈਫ। I went to Delhi, my kids also went to Delhi with me, they were there aur pura time unki care bhi hoti rahi, sab kuch hota raha, it's up to you aap kitna acche se manage kar lete, but one has to manage. Agar kiti ja gal kiti jave todi family di te tusi kis tarah apni family nu dassya ki assi jehda hai muqable de layi ja rahe hain? ਮੇਰੀ ਫੈਮਿਲੀ ਨੇ ਮੁਝੇ ਬਹੁਤ ਸਪੋਰਟ ਕਰਾ ਹੈ ਇਸ ਚੀਜ਼ ਮੇਂ, ਔਰ ਉਨਕੋ ਇਸ ਚੀਜ਼ ਕੀ ਖੁਸ਼ੀ ਥੀ ਕਿ ਅਗਰ ਕੱਲ ਕੀ ਡੇਟ ਮੇਂ ਮੈਨੇ ਆਪਣੇ ਆਪ ਕੋ ਪ੍ਰਮੋਟ ਕਰਾ ਹੈ ਤੋ ਆਜ ਮੈਂ ਅਕੇਲੀ ਨਹੀਂ ਗਈ ਆਗੇ, ਮੈਨੇ ਆਪਣੇ ਸਾਥ ਔਰੋਂ ਕੋ ਵੀ ਜੋੜਾ ਹੈ ਔਰ ਉਨਕੋ ਵੀ ਉਨਕੇ ਲਈ ਵੀ ਇੱਕ ਸਫਲਤਾ ਉਨਕੀ ਝੋਲੀ ਮੇਂ ਡਲਵਾਈ ਹੈ ਕਿ ਨਹੀਂ ਆਗੇ ਨਿਕਲੋ, ਹਮ ਕਿਸੀ ਸੇ ਕਮ ਨਹੀਂ ਔਰ ਹਮਾਰਾ ਪੰਜਾਬ ਕਿਸੀ ਸੇ ਕਮ ਨਹੀਂ। ਅਗਰ ਫੈਮਿਲੀ ਦੀ ਗੱਲ ਸ਼ੁਰੂ ਹੋਈ ਹੈ ਤੇ ਤੁਹਾਨੂੰ ਤੁਹਾਡੀ ਫੈਮਿਲੀ ਦੇ ਵਿੱਚ ਸਭ ਤੋਂ ਜ਼ਿਆਦਾ ਰਿਸਪੋਂਸ ਕਿਹਨੇ ਦਿੱਤਾ? ਮੇਰੇ ਬੇਟੇ ਔਰ ਮੇਰੇ ਹਸਬੈਂਡ ਦੋਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ। ਬੇਟੇ ਨੇ ਮੈਨੂੰ ਕਿਹਾ ਕਿ ਮੰਮਾ, ਅਗਰ ਤੁਹਾਡੇ 'ਚ ਟੈਲੈਂਟ ਹੈ, ਪ੍ਰਤਿਭਾ ਹੈ, ਤੁਸੀਂ ਪੰਜਾਬ ਵਿੱਚ ਔਰ ਲੁਧਿਆਣਾ ਵਿੱਚ ਤਾਂ ਕਾਫੀ ਟਾਈਟਲ ਵਿਨ ਕੀਤੇ ਔਰ ਕਾਫੀ ਅੱਗੇ ਗਏ ਹੋ, ਅਗਰ ਤੁਹਾਨੂੰ ਪਲੇਟਫਾਰਮ ਮਿਲ ਰਿਹਾ ਹੈ ਤਾਂ ਤੁਹਾਨੂੰ ਜ਼ਰੂਰ ਅੱਗੇ ਜਾਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਬੱਚੇ ਇਹ ਫੀਲ ਕਰਦੇ ਆ ਕਿ ਅਗਰ ਸਾਡੀ ਮੋਮ ਫੇਮਸ ਹੈ ਤਾਂ ਅਸੀਂ ਖੁਦ ਬ ਖੁਦ ਹੀ ਫੇਮਸ ਹਾਂ, ਦੇ ਫੀਲ ਪ੍ਰਾਊਡ। ਜੀ ਜੀ, ਡੈਫੀਨੇਟਲੀ। ਜਿਸ ਸਮੇਂ ਪਤਾ ਲੱਗਾ ਤੁਹਾਡੀ ਫੈਮਿਲੀ ਨੂੰ ਕਿ ਤੁਹਾਡੇ ਕੋਲ ਤਾਜ ਆ ਚੁੱਕਾ ਹੈ 2018 ਦਾ, ਕਿਸ ਤਰ੍ਹਾਂ ਦਾ ਰਿਸਪੌਂਸ ਸੀ ਉਹਨਾਂ ਦਾ? ਮੋਸਟ ਆਫ ਆਲ ਆਈ ਵੁੱਡ ਲਾਈਕ ਟੂ ਥੈਂਕ ਮਾਈ ਹਸਬੈਂਡ ਫੋਰ ਆਲ ਹਿਸ ਸਪੋਰਟ, ਬਿਕੋਜ਼ ਵੀ ਸਪੈਸ਼ਲੀ ਡੈਲੀ ਆਏ ਔਰ ਮੇਰੇ ਬੇਟੇ ਕੋ ਲੇਕਰ ਔਰ ਵਹਾਂ ਆ ਕੇ ਉਹਨਾਂ ਨੇ ਲਾਈਵ ਵਹਾਂ ਪੇ ਸ਼ੋ ਦੇਖਾ ਐਂਡ ਹੀ ਵਾਜ਼ ਰੀਅਲੀ ਪ੍ਰਾਊਡ ਸੀਇੰਗ ਮੀ ਕਰਾਊਨਿੰਗ,
एंड ही वॉज रियली हैप्पी ऑन द टॉप ऑफ द वर्ल्ड एंड आई थिंक उनके सपोर्ट के बगैर कुछ पॉसिबल नहीं था. एंड मैं साथ में कहना चाहूँगी बिकॉज ऑफ माई सन ऑल्सो, ही ऑल्सो सपोर्टेड मी अलॉट. बिकॉज अगर उन्होंने दोनों ने मिल के घर संभाला मेरे एब्सेंस में, एंड आई थिंक आई एम श्योर कि आगे भी वो ऐसे संभाल पाएंगे. अगर गल की जाए फैमिली थी तो फैमिली कितनी क्या एनर्जी देती है. बस फैमिली साड़ी लाइक एक पावर डोज है, एक पॉजिटिव एनर्जी है. बिना फैमिली तो असी अगे नहीं बढ़ सकते, और असी फैमिली दे लई एक एग्जाम्पल बन सकते हैं कि साडे बच्चे भी देख के सानू फॉलो करेंगे कि साडी मम्मा की कर रहे हैं. यह एक बेस्ट लाइफ है कि साडे बच्चे सानू देख के ही अगे पुश कर सकते हैं सानू कि मम्मा साडे की लाइफ विच कर रही है, असी भी सेम मम्मा वांगू फॉलो करना है. उन्हां दे मन विच भी एक अचीवमेंट आएगी कि मम्मा वांगू असी भी विन करके घर आना है. अगर गल की जाए मुकाबले की, तो मुकाबले के जो सब तो पहला प्रश्न पुट किया सी वो केड़ा केड़ा है. जब लुधियाना में कॉम्पिटिशन हुआ था तो आई वॉज आस्ड लकीली बाई रेणुका मैम ओनली दैट वॉट यू लाइक द मोस्ट इन यू. देन आई आंसर्ड माई इनर वॉइस, माई इनर स्ट्रेंथ. और जब आई वेंट टू दिल्ली तो आई वॉज आस्ड कि आप कंपेयर करो बींग अ हाउस वाइफ और वर्किंग वुमेन, तो आप क्या प्रेफर करोगे. तो वहाँ पे आई हैड आंसर्ड कि आई विल प्रेफर बोथ बिकॉज बींग अ वुमेन आई एम प्राउड एंड आई कैन से शी कैन हैंडल बोथ द थिंग्स अप टू द मार्क. जिस समय क्वेश्चन आंसर राउंड होंदा है तो की माइंड दे चलदा है. क्वेश्चन राउंड जो हमारे आते तो एक नर्वस होती है कि हाँ पता नहीं हम पे क्या आ जाएगा और हमें किस तरह से उस चीज़ को रिएक्ट करना है. लेकिन ये चीज़ गॉड ग्रेस ही होती है कि हमें खुद ब खुद ही आंसर्स आ जाते हैं और हम उसको अच्छा परफॉर्म करते हैं. किन्ना के टफ होंदा है किसी दे सवाल दे उते अपना आंसर देना. सवाल दे उते ते आंसर देना टफ है क्योंकि जो असी आंसर दिने हो सकता है जो सामने वाला बंदा है वो है ना समझदा होवे भी जो असी आंसर दे रहे हैं सही है या गलत है. असी तो उहदे सामने अपने विचार दसने हैं जिस दे नाल असी मतलब कि मैच करदे आंसर देने हैं. हुण वो सामने वाले दे उपर है कि वो किस तरह दा रिएक्ट करदा. किन्नी की तैयारी करनी पई फिर. सर ऐसा तो कोई तैयारी नहीं करनी पड़ी. यस थोड़े बेसिक्स हमने सीखे हैं कि हमें इंट्रोडक्शन में कैसे बोलना है, हमें क्वेश्चन की माइक कैसे पकड़ना है एंड स्टार्ट कैसे करना है एंड कैसे करना है. रेस्ट वहाँ पे जो क्वेश्चन आता है जो भी हमने आंसर करना है वो इट शुड बी ऑलवेज विद द कॉन्फिडेंस एंड विद अ स्माइल ऑन द फेस. बस यही जजेस आई थिंक नोट करते हैं. जो कोई थोड़ा सवाल पूछता है तो की कोई अगे बंदा बिठाया होंगे कि तू यार आंसर दे दे या कुछ इदा दा. नहीं ऐसा कुछ भी नहीं होंगे. असी कल स्टेज के उत्ते वन बाय वन आता है तो क्वेश्चन पुट किया जाता है. तुम कॉन्फिडेंस के नाल क्वेश्चन का आंसर देना पैंता है. कोई फफलिंग नहीं, कोई कुछ नहीं, कोई नकल नहीं, कोई नकल नहीं, कोई आइडिया नहीं, कोई कुछ नहीं. पिछो इशारा करके किदा ये आंसर दे दे. नहीं नहीं नथिंग इदा दा कुछ भी नहीं होंगे. जजिस का फेस बिल्कुल तुहाडे आईज कॉन्टैक्ट बिल्कुल सामने होंगे और तुम अपना कॉन्फिडेंस नाल आंसर दसना पैंता है. कई बार कह देंगे कि माइक थोड़ा जहा दूर करके तो उही बोली चल. कि छोटे देवरा तेरी दूर पलाई वे ना लड़ सोनिया तेरी इक पर जाई वे काला डोरिया कुंडे नल लड़ आई ओए कि छोटा देवरा पाबी नल लड़ आई ओए. कुकड़ी ओले नी जड़ी कुड़ कुड़ कर दी है सोरे नहीं जाना सस गुड़ गुड़ कर दी है. कुकड़ी ओले नी जड़ी आंडे देंदी है सोरे नहीं जाना सस ताने देंदी है. काला डोरिया कुंडे नल अड़े अड़े ओए कि छोटा देवरा पाबी नल अड़े अड़े ओए. वो बोली जड़ी सस दे उते आधारित सस मेरी ने मुंडे जम्मे सस मेरी ने मुंडे जम्मे मुंडे जम्मे भाई अद्या नू मैं चुप करावा अद्या नू मैं चुप करावा अद्या नू दवा दवाई सो जा चुप करके मानो बिल्ली आई सो जा चुप करके मानो बिल्ली आई सो जा चुप करके. जीजा साली दे उत्ते आधारित कोई बोली कोई गीत. जीजा हयानवी सॉन्ग है. जीजा तू काला में गोरी घनी जीजा तू काला में गोरी घनी. जी अपने हस्बैंड को कोई ताना देना हो तो की दोगे हस्बैंड ताना. सर
अमृतसर दे पापड़ में मैं खानी ना तू करे दाड़ में मैं सैनी ना चना चने तेरी कुछ तेरी बॉडी मेरे हाथ मेरी गुत तेरे हाथ जेड़ जेड़ जे तू हंसना है हंस जे तू लड़ना है ला मैं यो तेरे नाल बसिया में और कोई बसे भी ना मैं यो तेरे नाल कटिया में और कोई कटे भी ना। अगर इंटरनेशनल लेवल दे ते तुसी देना होवे कोई मैसेज तक की दोगे? इंटरनेशनल लेवल ते मैं एक मैसेज ये देना चाहूंगी कि उतना ही लो थाली में व्यर्थ ना जाए जो नाली में, कि हमें अनाज की पूरी रिस्पेक्ट करनी चाहिए, अनाज बचाना चाहिए, उसको वेस्ट नहीं करना चाहिए। जो किसान दिन रात धूप छाओ हर वक्त हमारे लिए अनाज उगाता है और इतनी मेहनत करता है और हम अनाज को व्यर्थ ही गवा देते हैं और किसान को आत्महत्या करने पर मजबूर होना पड़ता है, कि सभी लोगों को अनाज बचाना चाहिए अपने आने वाली जनरेशन के लिए और अनाज का कभी भी अपमान नहीं करना चाहिए। भगवान हमारा जो है जीवनदाता है और किसान हमारा अन्नदाता है। थैंक यू। ओके।